ਪਿੰਡ ਆਸਰਪੁਰ ਵਿੱਚ ਸਰਪੰਚ ਦੀ ਚੋਣ ਲੜ ਰਹੇ ਪ੍ਰੇਮ ਸਿੰਘ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਘਰ ਜਾ ਕੇ ਲੋਕਾਂ ਨੂੰ ਸੰਪਰਕ ਕੀਤਾ ਜਾ ਰਿਹਾ ਅਤੇ ਭਰੋਸਾ ਦਵਾਇਆ ਜਾ ਰਿਹਾ ਕਿ ਪਿੰਡ ਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣਗੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਪਿੰਡ ਦੇ ਸਾਰੇ ਕਾਰਜ ਪ੍ਰੇਮ ਸਿੰਘ ਪਹਿਲ ਦੇ ਆਧਾਰ ਤੇ ਪੂਰੇ ਕਰਵਾਉਣਗੇ। ਸਾਨੂੰ ਪੂਰੀ ਉਮੀਦ ਹੈ ਜੀ ਕਿ ਪਿੰਡ ਦੇ ਸਾਰੇ ਕੰਮ ਕਰਨਗੇ। ਸਾਡੇ ਕੰਮ ਜਿਹੜੇ ਪਿੰਡ ਦੇ ਹੈਗੇ ਬਹੁਤ ਅਧੂਰੇ ਪਏ ਨੇ, ਕਿਉਂਕਿ ਅਧੂਰੇ ਤਾਂ ਕਰਕੇ ਪਏ ਨੇ ਸਰਦਾਰ ਲਾਲ ਸਿੰਘ ਦੋ ਵਾਰੀ ਜਿੱਤਿਆ ਇੱਥੋਂ ਜੀ, ਇਸ ਪਿੰਡ ਦੇ ਜੰਮ ਵਾਲੇ ਉਹ, ਅਤੇ ਸਰਕਾਰ ਨਾ ਹੋਣ ਕਾਰਨ ਪਿੰਡ ਦੇ ਮਤਲਬ ਵਿਕਾਸ ਬਹੁਤ ਜ਼ਿਆਦਾ ਪਿੱਛੇ ਆ। ਹੁਣ ਕਾਂਗਰਸ ਦੀ ਸਰਕਾਰ ਆ, ਹੁਣ ਸਾਨੂੰ ਪੂਰੀ ਉਹਨਾਂ ਤੋਂ ਉਮੀਦ ਆ ਕਿ ਇਹ ਇਹਨਾਂ ਦੇ ਕਲੋਜ਼ ਬਹੁਤ ਨੇੜੇ ਨੇ, ਵੀ ਇਹ ਸਾਨੂੰ ਸਾਰੇ ਪਿੰਡ ਦੇ ਕੰਮ ਕਰਾ ਕੇ ਦੇਣਗੇ, ਅਸੀਂ ਇਹਨਾਂ ਨੂੰ ਸਮਰਥਨ ਕਰਦੇ ਹਾਂ ਜੀ। ਗੁਰਜੀਤ ਕੌਰ ਆ ਅਤੇ ਮੈਂ ਅਸਰਪੁਰ ਤੋਂ ਹਾਂ, ਅਤੇ ਮੇਰੇ ਪਿੰਡ 'ਚ ਕਾਫੀ ਕੰਮ ਹੈ ਜੋ ਕਰਨ ਵਾਲੇ ਆ, ਜਿਵੇਂ ਨਾਲੀਆਂ ਵਗੈਰਾ ਬਣਾਉਣ ਵਾਲੀਆਂ, ਸੜਕਾਂ ਵਗੈਰਾ ਦਾ ਕੰਮ, ਹੋਰ ਵੀ ਬਹੁਤ ਸਾਰੇ ਕੰਮ ਹੈ। ਅਤੇ ਮੈਨੂੰ ਲੱਗਦਾ ਇਹ ਜੇ ਸਰਪੰਚ ਬਣਨਗੇ ਤਾਂ ਸਾਰੇ ਕੰਮ ਪੂਰੇ ਹੋ ਜਾਣਗੇ। ਮੈਂ ਪ੍ਰੇਮ ਸਿੰਘ, ਵਾਸੀ ਅਸਰਪੁਰ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਵੀ ਜਿੰਨੇ ਵੀ ਪਿੰਡ ਦੇ ਕੰਮ ਹੋਣ ਵਾਲੇ ਆ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪੂਰੇ ਸਹੀ ਢੰਗ ਨਾਲ ਕਰਾਂਗੇ। ਸਰਪੰਚ ਸਾਹਿਬ, ਪਿੰਡ 'ਚ ਕਿਹੜੇ ਕਿਹੜੇ ਕੰਮ ਹੋਣ ਵਾਲੇ? ਗਲੀਆਂ ਨਾਲੀਆਂ ਦਾ ਲਾ ਲਓ, ਮੇਨ ਤਾਂ ਇਹੀ ਹੈ। ਬਾਕੀ ਬਜ਼ੁਰਗਾਂ ਦੇ ਪੈਨਸ਼ਨਾਂ ਦੇ ਬੜੇ ਪਰੇਸ਼ਾਨ ਆ ਬਜ਼ੁਰਗ, ਉਹ ਅਤੇ ਬਾਕੀ ਹੋਰ ਕਾਫੀ ਕੰਮ ਹੈ, ਧਰਮਸ਼ਾਲਾ ਵਗੈਰਾ। ਇੱਕ ਕੋਸ਼ਿਸ਼ ਕਰਾਂ ਡਿਸਪੈਂਸਰੀ ਬਾਰੇ ਵੀ, ਬਾਕੀ ਹੋਰ ਜਿੰਨੇ ਵੀ ਮੁੱਦਾ ਪਾਣੀ ਦੇ ਵਿਕਾਸ ਦਾ ਵੀ, ਪਾਣੀ ਦੇ ਵਿਕਾਸ ਬਾਰੇ ਬਾਕੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਸਨੋਰ ਤੋਂ ਆਸ਼ੂ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।